ਜਦੋਂ ਚੋਣਾਂ ਹੋਈਆਂ ਤੇ ਇੱਕ ਦੋ ਕਮਾਲ ਤਾਂ ਜਿਹੜੇ ਵੇਖੇ ਕਿ ਧਾਮੀ ਸਾਹਿਬ ਲਗਾਤਾਰ ਪ੍ਰਧਾਨ ਬਣ ਗਏ ਚੌਥੀ ਵਾਰ, ਇੱਕ ਕਮਾਲ ਇਹ ਦੇਖਿਆ ਕਿ ਅਕਾਲੀ ਦਲ ਨੂੰ ਵੀ ਥੋੜ੍ਹੀ ਦੁਬਾਰਾ ਡਾਵਾਂਡੋਲ ਦੇ ਵਿੱਚ ਸਥਿਤੀ ਦੇ ਵਿੱਚ ਉਹਨਾਂ ਨੂੰ ਦੁਬਾਰਾ ਸਪੋਰਟ ਮਿਲ ਗਈ। ਹੋਰ ਕੋਈ ਕਮਾਲ ਵੀ ਹੋਇਆ ਇਹਨਾਂ ਚੋਣਾਂ ਦੇ ਦੌਰਾਨ? ਨਹੀਂ ਦੇਖੋ, ਕਮਾਲ ਤਾਂ ਸਰ ਇਹ ਨਹੀਂ, ਇਹ ਤਾਂ ਛੱਡੋ ਤੁਸੀਂ, ਇਹ ਤਾਂ ਚਲੋ ਹੁਣ ਚੋਣ ਹੋ ਗਈ ਆ, ਪਰ ਇੱਕ ਕਮਾਲ ਹੋਰ ਮਤਲਬ ਕਿ ਇਲੈਕਸ਼ਨ ਨਾਲ ਜੁੜਦਾ ਆਪਾਂ ਦੇਖੀਏ ਜੀ, ਉਹ ਵੀ ਵੇਖਣ ਵਾਲਾ। ਚਲੋ ਇਹ ਤਾਂ ਮਤਲਬ ਕਿ 107 'ਚ ਲੈ ਗਏ ਵੋਟਾਂ, ਉਹ ਕਮਾਲ ਹੀ ਆਪਣੇ ਆਪ ਦੇ ਵਿੱਚ, ਪਰ ਇਹ ਵੀ ਕਮਾਲ ਆ ਕਿ ਕਿਸੇ ਵੇਲੇ ਅਕਾਲੀਆਂ ਦੇ ਮੈਂਬਰ ਕਿੰਨੇ ਸੀਗੇ, ਕੁਛ ਫੌਤ ਵੀ ਹੋ ਗਿਆ ਜੀ, ਗਿਣਤੀ ਘੱਟ ਕੇ 107 'ਤੇ ਆ ਗਈ ਆ, ਇਹ ਵੀ ਕਮਾਲ ਆ। ਪਰ ਦੂਜੇ ਪਾਸੇ ਜੇ ਆਪਾਂ ਐਸ ਜੀ ਪੀ ਸੀ ਇਲੈਕਸ਼ਨ ਬਾਰੇ ਦੇਖੀਏ ਤਾਂ ਸਰ 51 ਲੱਖ ਵੋਟ ਵੀ ਬਣ ਗਈ ਆ। ਅੱਜ ਟ੍ਰਿਬਿਊਨ ਨੇ ਜਿਹੜਾ ਅੰਕੜਾ ਦਿੱਤਾ 51 ਲੱਖ, ਇਹ ਤਾਂ ਕਮਾਲ ਦੀ ਗੱਲ ਆ, ਕਿਉਂਕਿ ਆਪਾਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਅੰਕੜਿਆਂ ਦੇ ਹਵਾਲੇ ਨਾਲ ਇੱਕ ਇੰਕਸ਼ਾਫ ਕੀਤਾ ਸੀਗਾ ਕਿ 31 ਜੁਲਾਈ ਤੱਕ ਤੇ ਬਹੁਤ ਥੋੜੀਆਂ ਵੋਟਾਂ ਸੀਗੀਆਂ, ਲਗਭਗ 14 ਲੱਖ ਸ਼ਾਇਦ ਮਸਲਾ ਪੈਂਦਾ ਰਿਹਾ, ਹਾਂਜੀ, ਤੇ 10 ਅਗਸਤ ਨੂੰ ਹੋ ਗਈਆਂ 17 ਲੱਖ, ਕਿ ਯਾਨੀ ਲਾ ਲਓ ਕਿ ਸਾਲ ਦੇ ਸਟਾਰਟਿੰਗ ਤੋਂ ਜੁਲਾਈ ਦੇ ਐਂਡ ਤੱਕ ਜੀ ਉਹ ਰਹੀਆਂ ਨੇ 14, ਤੇ 10 ਦਿਨ ਦੇ ਅੰਦਰ ਅੰਦਰ 3-4 ਲੱਖ ਹੋ ਜਾਂਦੀਆਂ ਜੀ, ਕਿਉਂਕਿ ਉਦੋਂ ਰੌਲਾ ਪੈ ਰਿਹਾ ਸੀ, ਬਹੁਤ ਸਾਰੇ ਮੇਲ ਵੀ ਆਏ ਸਾਨੂੰ ਜੀ ਜੀ ਜਿਹੜੇ ਵੋਟਾਂ ਬਣਾਉਣ 'ਚ ਲੱਗੇ ਹੋਏ ਸੀਗੇ। ਮੈਂ ਇਹਦਾ ਖੁਲਾਸਾ ਕਰ ਦਿੱਤਾ ਸੀਗਾ ਮੇਲ ਵਗੈਰਾ ਦੇ ਆਧਾਰ 'ਤੇ ਕਿ ਕਿਸ ਤਰ੍ਹਾਂ ਕਿਹਾ ਜਾ ਰਿਹਾ ਉੱਤੋਂ ਕਿ ਵੋਟਰ ਲਿਸਟਾਂ ਦੇ ਵਿੱਚੋਂ ਨਾਂ ਚੱਕੋ ਕੌਰ ਸਿੰਘ ਅਤੇ ਤੁਸੀਂ ਚੇਪ ਦਿਓ ਬਸ ਜੀ ਜੀ ਜੀ, ਕਿਉਂਕਿ ਰੁਚੀ ਨਹੀਂ ਸੀ ਹੋ ਰਹੀ ਨਾ ਲੋਕਾਂ ਦੀ ਜੀ ਜੀ, ਕਿਉਂਕਿ ਇਹਦੀ ਪ੍ਰਕਿਰਿਆ ਇੱਕ ਵੱਖਰੀ ਸੀ, ਕਿਉਂਕਿ ਅੱਗੇ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਵੋਟਰ ਸੂਚੀਆਂ ਹੁੰਦੀਆਂ ਜਦੋਂ ਅਪਡੇਟ ਹੁੰਦੀਆਂ ਨੇ ਤਾਂ BLO ਆਪਣੇ ਘਰੇ ਆਉਂਦਾ ਹੈ, ਆਪਾਂ ਆਰਾਮ ਨਾਲ ਆਪਾਂ ਕੰਫਰਟ ਜ਼ੋਨ ਚ ਹੁੰਦੇ ਹਾਂ, ਉਹ ਸਭ ਕੁਝ ਕਰਕੇ ਲੈ ਜਾਂਦੇ ਆ ਜੀ, ਤਾਂ ਜਦੋਂ ਅਪਡੇਸ਼ਨ ਆਉਂਦੀ ਆਪਾਂ ਵੋਟ ਕਰ ਦਿੰਦੇ ਹਾਂ, ਇੱਥੇ ਤੁਹਾਨੂੰ ਅਧਿਕਾਰੀ ਕੋਲ ਜਾਣਾ ਪੈਂਦਾ ਹੈ, ਸ਼ਰਤਾਂ ਵੀ ਸੀ। ਹਾਂਜੀ, ਪਰ ਆਹ ਕਮਾਲ ਦੀ ਗੱਲ ਆ ਕਿ 10 ਅਗਸਤ ਦੇ ਨੇੜੇ 17 ਤੇ ਉਸ ਤੋਂ ਬਾਅਦ 2 ਮਹੀਨਿਆਂ 'ਚ ਕਮਾਲ ਹੋ ਗਈ ਕਿ 51 ਲੱਖ ਲਗਭਗ ਫਰਵਰੀ ਮਾਰਚ ਤੋਂ ਜੁਲਾਈ ਤੱਕ 14, 10 ਦਿਨਾਂ 'ਚ 3-17, ਵੋਟਾਂ ਪੈ ਜਾਂਦੀਆਂ, ਪੋਲਿੰਗ ਅੱਛੀ ਹੋ ਜਾਂਦੀ ਹੈ, ਅਕਾਲੀ ਦਲ ਬਾਦਲ ਵਾਸਤੇ ਖਤਰੇ ਦੀ ਘੰਟੀ ਰਹੇਗੀ ਜੇ ਜਲਦ ਇਹ ਚੋਣ ਵੇਖਣ ਨੂੰ ਮਿਲਦੀ ਹੈ ਤੇ ਪੋਲਿੰਗ ਅੱਛੀ ਹੋ ਗਈ ਜੀ, ਫਿਰ ਇਹਨਾਂ ਵਾਸਤੇ ਖਤਰੇ ਦੀ ਘੰਟੀ ਵੀ ਹੈ। ਪਰ ਕਮਾਲ ਦੀ ਗੱਲ ਹੈ ਕਿ ਹੁਣ ਇਸ ਅੰਕੜੇ 'ਤੇ ਕੋਈ ਬੋਲ ਨਹੀਂ ਰਿਹਾ। ਸ਼ੁਰੂਆਤ ਦੇ ਵਿੱਚ ਧਾਮੀ ਸਾਹਿਬ ਨੇ ਜਾਂ ਕੁਛ ਹੋਰ ਜਿਹੜੇ SGPC ਦੇ ਅਹੁਦੇਦਾਰ ਆ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਸਨ, ਪਰ ਕਮਾਲ ਅੰਕੜਾ ਕਮਾਲ ਹੈ, ਸਾਨੂੰ ਨਹੀਂ ਪਤਾ, ਬਿਲਕੁਲ ਹੈਰਾਨ ਕਰਨ ਵਾਲਾ ਇਹ ਬਈ ਕਿਸ ਤਰ੍ਹਾਂ ਇਹਨਾਂ ਨੇ ਸਾਰਾ ਕੁਛ ਕੀਤਾ ਹੈ। ਪਰ ਅੰਕੜਾ ਜਿੱਦਾਂ ਗਿਆ, ਦੂਜੀ ਵਾਰੀ ਆਪਦੀ ਗੱਲ ਹੀ ਰਿਪੀਟ ਕਰ ਰਹੇ, ਮੈਨੂੰ ਤਾਂ ਐਂ ਲੱਗਦਾ ਵੀ ਕੌਰ ਸਿੰਘ ਵਾਲੇ ਵੀ ਇੰਨੇ ਨਹੀਂ ਲੱਭੇ ਹੋਣੇ ਜਿੰਨੀਆਂ ਵੋਟਾਂ, ਪਤਾ ਨਹੀਂ ਜੀ, ਕਿਉਂਕਿ ਅਚਾਨਕ ਹਾਰੀ ਸਾਰੀ ਜਿਹੜਾ ਉਹ ਵੋਟਰ ਨਹੀਂ ਨਾ ਬਣ ਸਕਦਾ ਜੀ, ਇੱਥੇ ਕਾਫੀ ਪੂਰਨ ਗੁਰਸਿੱਖ ਹੋਣਾ ਬਹੁਤ ਵੱਡੀ ਸ਼ਰਤ ਤਾਂ ਇਹ ਜ਼ਰੂਰੀ ਸੀ ਜੀ ਜੀ। ਖੈਰ ਮਿੰਟੂ ਜੀ, ਸਮਾਂ ਆਪਣੇ ਵੱਧ ਰਿਹਾ ਮੁਕਾਮ ਵੱਲ ਨੂੰ ਜੀ, ਤੇ ਅੱਜ ਆਪਾਂ ਜ਼ਿਆਦਾ ਸਮਾਂ ਦਰਸ਼ਕਾਂ ਦਾ ਨਹੀਂ ਲੈਂਦੇ ਕਿਉਂਕਿ ਉਹਨਾਂ ਨੇ ਅਜੇ ਸ਼ੋਪੀਆਂ ਕਰਨੀਆਂ ਨਹੀਂ ਕਰੋ ਸਰ, ਤੇ ਇੱਕ ਮੈਂ ਗੱਲ ਜ਼ਰੂਰ ਕੋਟ ਕਰਨੀ ਚਾਹੂੰਗਾ, ਕਹਿੰਦੇ ਨੇ ਕਿ ਦੂਜਿਆਂ ਦੇ ਨਾਲ ਸੁਹਿਰਦ ਰਹਿਣਾ, ਦੂਜਿਆਂ ਦੇ ਨਾਲ ਮਿੱਠਾ ਬੋਲਣਾ, ਪਰ ਆਪਣੇ ਆਪ ਨਾਲ ਵੀ ਮਿੱਠਾ ਬੋਲਣਾ, ਆਪਦਾ ਵੀ ਧਿਆਨ ਰੱਖਣਾ, ਤੇ ਦੂਜਿਆਂ ਨੂੰ ਵੀ ਦੀਵਾਲੀ ਵਿਸ਼ ਕਰਨੀ ਹੈ, ਆਪਣੇ ਆਪ ਨੂੰ ਵੀ ਵਿਸ਼ ਕਰਨੀ ਹੈ, ਕਿਉਂਕਿ ਜੇ ਤੁਹਾਡਾ ਅੰਦਰ ਖੁਸ਼ ਹੈ ਤੇ ਫਿਰ ਤੁਹਾਡਾ ਸੰਸਾਰ, ਤੁਹਾਡਾ ਆਲਾ ਦੁਆਲਾ ਸਭ ਖੁਸ਼ ਹੈ। ਨਹੀਂ ਨਹੀਂ ਬਿਲਕੁਲ, ਮਿੱਠਾ ਬੋਲੋ ਠੀਕ ਹੈ, ਵਧੀਆ ਗੱਲ ਹੈ, ਪਰ ਜਦੋਂ ਵੀ ਬੋਲੋ ਰੂਹ ਤੋਂ ਬੋਲੋ, ਰੂਹ ਤੋਂ, ਖੇਖਣ ਜੇ ਨਾ ਕਰੋ, ਬਿਲਕੁਲ, ਜੇ ਕਿਸੇ 'ਚ ਕਮੀ ਕੋਈ ਨਜ਼ਰ ਆਉਂਦੀ ਹੈ ਨਾ ਭਰਾ 'ਚ ਦੋਸਤ 'ਚ ਉਹਨੂੰ ਦੱਸੋ ਜੀ ਕਿ ਤੇਰੇ 'ਚ ਕਮੀ, ਐਵੇਂ ਨਾ ਜੀ ਹਜ਼ੂਰੀ ਜੇ ਬਣ ਜਾਓ ਉਹਨਾਂ ਨੇ ਨਾ, ਤੂੰ ਤਾਂ ਗ੍ਰੇਟ ਹੈ ਬਈ, ਆਪਾਂ ਤਾਂ ਜਿੱਥੇ ਮੇਰਾ ਪਿਆਰ ਹੈ ਨਾ ਆਪਾਂ ਤਾਂ ਕਹਿੰਦੇ ਤੇਰੇ 'ਚ ਆਹ ਕਮੀ ਹੈ ਭਰਾਵਾ, ਤੂੰ ਹੁਣ ਮੇਰੀ ਕਮੀ ਲੱਭ ਦੇ, ਕਮੀ ਦੂਰ ਕਰ ਦੇ ਨਾ ਸਰ, ਇੱਦਾਂ ਹੀ ਆ ਕਿ ਇਕੱਲਾ ਨਿਰਾਪੁਰਾ ਮਿੱਠਾ ਹੀ ਨਹੀਂ ਬੋਲਣਾ ਜੀ, ਤੇ ਜੋ ਬੋਲਣਾ ਮਿੱਠਾ ਬੋਲੋ, ਲਿਆਕਤੀ ਬੋਲੋ ਯਾਰ, ਸਹੀ ਬਿਲਕੁਲ, ਬੜਾ ਕਹਿ ਲਓ ਕਿ ਜੇ ਸਕੇਲ ਨੀਵਾਂ ਰੱਖੋ ਤਦ ਵੀ ਕਈਆਂ ਦੇ ਉਹਨਾਂ ਤਾਂ ਤਾਂ ਕਰਕੇ ਪੈ ਜਾਣਾ ਜੀ, ਤੇ ਤੂੰ ਗ੍ਰੇਸ ਕਰੋ, ਪਰ ਜੋ ਵੀ ਬੋਲੋ ਨਾ ਰੂਹ ਤੋਂ, ਰੂਹ ਤੋਂ ਥੋੜ੍ਹਾ ਬੋਲੋ, ਸੁਣ ਲਓ ਜਾ ਕੇ ਜੀ, ਜਦ ਵੀ ਬੋਲੋ ਨਾ ਆ ਖੇਖਣ ਪਖੰਡ ਜੇ, ਯਾਰੀ ਦੋਸਤੀ ਤਾਂ ਘੱਟੋ ਘੱਟ ਰਿਸ਼ਤਿਆਂ 'ਚ ਨਾ ਹੀ ਕਰੇ, ਨਾ ਹੀ ਕਰੇ, ਨਾ ਕਰਿਆ ਕਰੀਏ ਤਾਂ ਜੀ, ਆਪਾਂ ਵਿੱਚ ਰੱਖ ਲਈਏ ਆਪਣੇ ਆਪ ਨੂੰ, ਬਿਲਕੁਲ, ਕਿਉਂਕਿ ਦੋਸਤਾਂ ਤੋਂ ਬਗੈਰ ਆਪਾਂ ਕਾਹਦੇ ਜੋ ਜੀ ਜੀ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਨੂੰ ਦੀਵਾਲੀ ਮੁਬਾਰਕਾਂ ਵੀ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।